ਕਰਫਿਊ ਵਿੱਚ ਮਿਲੀ ਛੂਟ ਦੀ ਬੇਲੋੜੀ ਵਰਤੋਂ ਕਰ ਰਹੇ ਹਨ ਸੰਗਰੂਰ ਵਾਸੀ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮਾਜ ਦੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਰਫਿਊ ਵਿੱਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਦਿੱਤੀ ਗਈ ਛੂਟ ਦੀ ਸੰਗਰੂਰ ਵਿੱਚ ਖੁੱਲ ਕੇ ਦੁਰਵਰਤੋਂ ਹੋ ਰਹੀ ਹੈ ਅਤੇ ਸੰਗਰੂਰ ਦੇ ਲੋਕ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਆ ਰਹੇ ਹਨ, ਜਿਸ ਕਾਰਨ ਸੜਕਾਂ 'ਤੇ ਭਾਰੀ ਟ੍ਰੈਫਿਕ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਭਾਵੇਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਿਰਫ ਜ਼ਰੂਰੀ ਖਰੀਦਦਾਰੀ ਕਰਨ ਲਈ ਆਪਣੇ ਘਰਾਂ ਤੋਂ ਨੇੜਲੀਆਂ ਦੁਕਾਨਾਂ ਤੱਕ ਪੈਦਲ ਜਾਣ ਦੀ ਹੀ ਛੂਟ ਦਿੱਤੀ ਗਈ ਸੀ, ਪਰੰਤੂ ਦਿਨ ਚੜ੍ਹਨ ਸਾਰ ਹੀ ਲੋਕ ਆਪ ਮੁਹਾਰੇ ਹੋ ਕੇ ਘਰਾਂ ਤੋਂ ਨਿਕਲਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇਸ ਸਾਰੇ ਕੁਝ 'ਤੇ ਕਾਬੂ ਕਰਨ ਲਈ ਸਖ਼ਤ ਕਦਮ ਚੁੱਕਣੇ ਪੈਣੇ ਹਨ। ਇਸ ਮੌਕੇ ਡਿਊਟੀ 'ਤੇ ਤੈਨਾਤ ਟ੍ਰੈਫਿਕ ਪੁਲਿਸ ਦੇ ASI ਹਰੀਸ਼ ਕੁਮਾਰ ਨੇ ਗੱਲ ਕਰਨ 'ਤੇ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੇ ਬਾਵਜੂਦ ਲੋਕ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਬਾਹਰ ਨਿਕਲ ਆਉਂਦੇ ਹਨ। ਉਹਨਾਂ ਕਿਹਾ, ਲੋਕਾਂ ਵੱਲੋਂ ਸਹਿਯੋਗ ਦਿੱਤਾ ਨਹੀਂ ਜਾ ਰਿਹਾ ਜੀ, ਬਿਲਕੁਲ ਵੀ। 40 ਦਿਨਾਂ ਬਾਅਦ ਢਿੱਲ ਦਿੱਤੀ ਹੈ ਪ੍ਰਸ਼ਾਸਨ ਨੇ, ਇਹਨਾਂ ਨੂੰ ਆਪਦੀਆਂ ਜ਼ਰੂਰਤਾਂ ਚੀਜ਼ਾਂ ਲੈਣ ਲਈ 7 ਤੋਂ 11 ਦਾ ਟਾਈਮ ਦਿੱਤਾ ਸੀਗਾ ਵੀ 7 ਤੋਂ 11 ਵਜੇ ਤੱਕ ਤੁਸੀਂ ਜੋ ਆਪਦੀ ਖਰੀਦੋ ਪਰੋ ਤਾਂ ਉਹ ਕਰ ਸਕਦੇ ਹੋ। ਪਰ ਆਹ ਦੇਖ ਲਓ ਵੀ ਹੁਣ ਵੀ ਇਹ ਸਮਝਦੇ ਨਹੀਂ ਹੈਗੇ ਲੋਕ, ਇਹਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਕਰੋਨਾ ਵਾਇਰਸ ਹੈ ਉਹਦੀ ਲੜੀ ਬਹੁਤ ਮਾੜੀ ਆ, ਆਲ ਵਰਲਡ ਹਿੱਲਿਆ ਪਿਆ ਉਸ ਚੀਜ਼ ਨਾਲ। ਇਹਨਾਂ ਲੋਕਾਂ ਨੂੰ ਫਿਰ ਨਹੀਂ ਸਮਝ ਆਉਂਦੀ ਵੀ ਅਸੀਂ ਕੁਛ ਬਚੀਏ ਇਹਨਾਂ ਤੋਂ, ਵੀ ਹੁਣ ਪ੍ਰਸ਼ਾਸਨ ਨੇ 7 ਤੋਂ 11 ਵਜੇ ਤੱਕ ਦਾ ਟਾਈਮ ਦਿੱਤਾ ਸੀ, ਨਾ ਕਿ ਇਹਨਾਂ ਨੂੰ ਐਂ ਘੁੰਮਣ ਦਾ ਟਾਈਮ ਦਿੱਤਾ। ਹੁਣ ਜਿਹਨੂੰ ਪੁੱਛਦੇ ਆ ਉਹ ਫਿਰ ਕਹੀ ਜਾਂਦਾ ਦਵਾਈ ਲੈਣ ਚੱਲਿਆ, ਬੈਂਕ ਚੱਲਿਆ, ਮੈਂ ਆਹ ਸਮਾਨ ਲੈਣਾ, ਉਹ ਸਮਾਨ ਲੈਣਾ। ਫਿਰ ਵੀ ਸਮਝਾ ਕੇ ਇਹਨਾਂ ਨੂੰ ਅਸੀਂ ਘਰਾਂ ਨੂੰ ਭੇਜ ਰਹੇ ਹਾਂ, ਭਾਈ ਤੁਸੀਂ ਆਪਦੇ ਘਰਾਂ 'ਚ ਜਾਓ, ਜਿਹੜਾ ਤੁਹਾਡਾ ਪ੍ਰਸ਼ਾਸਨ ਵੱਲੋਂ ਦਿੱਤਾ ਹੋਇਆ ਟਾਈਮ ਸੀ ਉਹ ਖਤਮ ਹੋ ਚੁੱਕਿਆ ਹੈ। ਪਰ ਇਹ ਲੋਕ ਫਿਰ ਵੀ ਨਹੀਂ ਸਮਝਦੇ, ਕਿਹੜਾ ਹੋਵੇ ਵੀ ਇਹ ਬਿਮਾਰੀ ਨੂੰ ਹੋਰ ਜ਼ਿਆਦਾ ਜ਼ਿਆਦਾ ਫੈਲੀ। ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੈ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ ਦਾ ਸਵਿੱਚ ਆਨ ਕਰੋ ਤਾਂ ਜੋ ਸਾਡੀਆਂ ਖਬਰਾਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਸੰਗਰੂਰ ਤੋਂ ਮਨੋਜ ਸ਼ਰਮਾ ਦੀ ਰਿਪੋਰਟ।